ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ, ਖਾਸ ਤੌਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ, ਵੀ ਕਿਵੇਂ ਇਹ ਲੋਕ ਗੁੰਮਰਾਹ ਕਰ ਰਹੇ ਆ। ਇੱਕ ਪਾਸੇ ਤਾਂ ਇਹ ਚਾਰ ਦਿਨ ਪਹਿਲਾਂ GK ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ, ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜਾਂ ਕਰਾ ਰਹੇ ਆ? ਬੰਦੀ ਸਿੱਖ, ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ, ਚੋਰ ਡਾਕੂ ਚ, ਮੈਂ ਤਾਂ ਉਹਨਾਂ ਨੂੰ ਲੁਟੇਰੇ ਕਹਿਣਾ। ਤੇ ਉੱਥੇ ਹੀ ਜੁਆਇਨ ਕਰਾਉਣ ਤੋਂ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਅਕਾਲੀ ਦਲ ਚ, 2 ਨੰਬਰ ਤੇ ਨੇ, ਭੂੰਦੜ ਸਾਹਿਬ, ਉਹ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ। ਆਹ ਸੁਣੋ ਕੀ ਬੋਲ ਰਹੇ ਆ, ਧਿਆਨ ਨਾਲ, ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ, ਆਹ ਸੁਣੇ। ਰੋਜ਼ ਗੋਲੀ ਦਾ ਡਰ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ। ਸਾਰੇ ਲੀਡਰਾਂ ਤੇ ਗੋਲੀ ਚੱਲੀ ਵਾਰੀ ਵਾਰੀ, ਤੋਰਾ ਸਾਹਿਬ ਤੇ ਚੱਲੀ, ਤਲਵੰਡੀ ਸਾਹਿਬ ਤੇ ਚੱਲੀ, ਸੰਤ ਜੀ ਚੱਲੀ ਗਏ, ਬਾਦਲ ਸਾਹਿਬ ਅਸੀਂ ਬਚ ਗਏ, ਮੇਰੇ ਤੇ ਚੱਲੀ ਸੀ, ਬਾਦਲ ਸਾਹਿਬ ਦੀ ਕੁਦਰਤੀ ਉਧਰ ਚੱਲਣੀ ਸੀ, ਗਏ ਜੀ ਉੱਥੇ। ਇਸ ਕਰਕੇ ਉਹ ਬਾਦਾ ਵੀ ਦੇਖਿਆ, ਅੱਜ ਤੇ ਸਿਰਫ ਆਪਾਂ ਨੂੰ ਤੋੜ ਫੋੜ ਹੀ ਕਰਦੇ ਨਾ, ਤੇ ਤੋੜ ਫੋੜ ਚੋ ਇਹ ਗੱਲ ਸੁਣ ਲਓ। ਇਹ ਕਹਿ ਰਹੇ ਆ ਬਈ ਉਸ ਵੇਲੇ ਅਸੀਂ ਅੱਤਵਾਦੀਆਂ ਦੇ ਵੇਲੇ, ਜਦੋਂ ਦੀ ਰਾਜੂ ਵਾਲੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅੱਤਵਾਦੀਆਂ ਦੀ ਗੱਲ ਕਰਦੇ ਆ, ਵੀ ਉਸ ਵੇਲੇ ਬਾਦਲ ਸਾਹਿਬ ਤਾਂ ਬਚ ਕੇ, ਕਿਉਂਕਿ ਬਾਦਲ ਸਾਹਿਬ ਤਾਂ ਸ਼ੈਤਾਨ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ, ਜਾਂਦੇ ਨਹੀਂ ਸੀ, ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ। ਭੂੰਦੜ ਸਾਹਿਬ ਕਹਿ ਰਹੇ ਮੇਰੇ ਤੇ ਗੋਲੀ ਚੱਲੀ, ਤੋੜਾ ਸਾਹਿਬ ਤੇ ਗੋਲੀ ਚੱਲੀ। ਉਦੋਂ ਬਾਅਦ ਜਿਹੜੇ ਸੰਤ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ, ਕਹਿੰਦੇ ਸੰਤ ਸਾਹਿਬ ਤਾਂ ਚਲੇ ਹੀ ਗਏ, ਤਲਵੰਡੀ ਸਾਹਿਬ ਤੇ ਗੋਲੀ ਚੱਲੀ, ਵੀ ਸਭ ਤੇ ਸਾਨੂੰ ਗੋਲੀਆਂ, ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ, ਉਹ ਕੌਣ ਸੀ ਜੀ ਇਹ ਦੱਸਣ, ਕਲੀਅਰ ਕਰਨ। ਅੱਜ ਇਹ ਮੀਟਿੰਗ ਚੱਲ ਰਹੀ ਆ ਅਕਾਲੀ ਦਲ ਦੀ, ਸਤਿਕਾਰਯੋਗ ਮੀਡੀਆ ਸਾਰਾ, ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੂੰਦੜ ਸਾਹਿਬ, ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ। ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ। ਮੇਰਾ ਕਹਿਣ ਦਾ ਮਤਲਬ, ਇਹ ਉਹ ਲੋਕ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਹਿ ਆਉਂਦੇ ਸੀ, ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕਹਿ ਆਉਂਦੇ ਸੀ। ਮੈਂ ਤੁਹਾਨੂੰ ਅੱਗੇ ਉਦਾਹਰਣ ਕਹੀ ਦਿੱਤੇ, ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ, ਅੱਜ ਗੱਲ ਇਹ ਸਪਸ਼ਟ ਹੁੰਦੀ ਆ। ਹੁਣ ਲੋਕੋ ਇਹ ਇੰਨੇ ਬਹਿਰੂਪੀਏ ਆ, ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ? ਇੱਥੇ ਆ ਕੇ ਕਹਿੰਦੇ ਆ ਜੀ ਇਹ, ਜਾਂ ਪਾਰਲੀਮੈਂਟ 'ਚ ਕਹਿੰਦੀ ਆ ਬੀਬੀ ਹਰਸਿਮਰਤ ਕੌਰ, ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਹਾਂ ਜੀ, ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਹਾਂ। ਆਹ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਖਬੀਰ ਸਿੰਘ ਨੂੰ ਦੱਸੀ ਜਾ ਰਹੀ ਆ, ਤੇ ਉਹ ਗੁੰਗਾ ਬਣ ਕੇ ਸੁਣ ਰਿਹਾ। ਤੇ ਕਿਉਂ? ਕਿਉਂਕਿ ਰਲਿਆ ਹੋਇਆ ਸੋਚਦੇ ਆ ਵੀ ਲੋਕ, ਯਾਰ ਲੋਕ, ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ, ਤੁਸੀਂ ਲੋਕ ਸਭ ਸੁਣਦੇ ਆ, ਦੇਖਦੇ ਆ, ਹੁਣ ਤੁਸੀਂ ਕੀ ਬੋਲ ਕੇ ਆਏ ਹੋ? ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਆਉਂਦੇ ਸੀ, ਅਗਲੇ ਪਿੰਡ 'ਚ ਕੁਛ ਹੋਰ ਬੋਲ ਦਿੰਦੇ ਸੀ, ਹੁਣ ਨਹੀਂ ਇਹ ਚੱਲਣਾ। ਇਹ ਦੱਸਣਾ ਪੂ, ਸਾਫ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਹੋ ਜਾਂ ਅੱਤਵਾਦੀਆਂ ਦੇ ਜੋ ਇਹ ਕਹਿ ਰਹੇ ਆ ਉਹਨਾਂ ਤੁਸੀਂ ਡਰਦੇ ਸੀ, ਇਹ ਗੱਲ ਸਾਫ ਕਰੋ। ਕੌਂਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ? 15 ਸਾਲ ਤੁਸੀਂ ਮੁੱਖ ਮੰਤਰੀ ਰਹੇ, ਦੱਬ ਕੇ ਰੱਖੀ ਉਹਨਾਂ ਦੀ ਫਾਈਲ ਆ ਜਿਹੜੀ, ਕਿਉਂਕਿ ਸੱਚ ਆ ਭੁੰਦੜ ਸਾਹਿਬ ਬੋਲ ਰਹੇ ਆ।